ਦੋਸਤੋ, ਇਸ ਵਕਤ ਅਸੀਂ ਅੰਮ੍ਰਿਤਸਰ ਵਿਖੇ ਸ਼੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਭਗਤਾਵਾਲਾ ਦੇ ਆਫਿਸ ਵਿੱਚ ਹਾਂ, ਜਿੱਥੇ ਪਿਆਰੇ ਪਿਆਰੇ ਬੱਚਿਆਂ ਨਾਲ ਅਸੀਂ ਥੋੜ੍ਹੇ ਜਿਹੇ ਸਵਾਲ ਕਰਾਂਗੇ। ਆਓ ਬੱਚੇ, ਉਹ ਮੇਰੇ ਕੋਲ ਆਓ, ਇੱਕ ਜਣਾ ਇੱਧਰ ਆਓ ਮੇਰੇ ਬੱਚੇ। ਸ਼ਾਬਾਸ਼, ਨਾਂ ਕੀ ਬੱਚੇ ਤੁਹਾਡਾ? ਜੈਸਿਕਾ। ਹੈਂ? ਜੈਸਿਕਾ। ਅੱਛਾ, ਤੁਹਾਡੇ ਘਰ 'ਚ ਕੌਣ ਕੌਣ ਰਹਿੰਦੇ ਬੱਚੇ? ਮੇਰੇ ਮੰਮੀ, ਮੇਰੇ ਪਾਪਾ, ਮੇਰਾ ਭਰਾ, ਮੇਰੀ ਭੈਣ, ਮੇਰੇ ਵੱਡੇ ਪਾਪਾ, ਮੇਰੇ ਵੱਡੇ ਮੰਮਾ, ਮੇਰੇ ਦਾਦੂ ਤੇ ਮੇਰੀ ਦਾਦੀ। ਓਹੋ, ਐਡੀ ਵੱਡੀ ਫੈਮਿਲੀ, ਤਾੜੀਆਂ ਮਾਰੋ ਇਹਦੇ ਲਈ। ਅੱਛਾ, ਦੱਸ ਸ਼ਰਾਰਤੀ ਕੌਣ ਹੈ ਸਭ ਤੋਂ ਜ਼ਿਆਦਾ ਤੁਹਾਡੇ ਜਿਹੜਾ ਫੈਮਿਲੀ ਵਿੱਚ ਸ਼ਰਾਰਤੀ ਕੌਣ ਹੈ, ਤੂੰ ਕਿ ਤੇਰਾ ਭਰਾ? ਮੇਰਾ ਭਰਾ। ਅੱਛਾ, ਤੂੰ ਇਹ ਦੱਸ, ਤੈਨੂੰ ਪਿਆਰ ਕੌਣ ਕਰਦੇ, ਤੇਰੇ ਮੰਮੀ ਪਾਪਾ ਜਾਂ ਹੋਰ ਕੋਈ ਕਰਦੇ ਹੈਗੇ? ਮੇਰੇ ਪਾਪਾ। ਮੇਰੇ ਪਾਪਾ ਮੰਮੀ ਨਹੀਂ ਕਰਦੇ? ਮਾਰਦੇ ਕੌਣ ਹੈ ਜ਼ਿਆਦਾ? ਮੰਮੀ। ਵੈਰੀ ਗੁੱਡ। ਅੱਛਾ, ਹੁਣ ਮੈਨੂੰ ਇਹ ਦੱਸੋ ਵੀ ਤੁਸੀਂ, ਤੁਹਾਡੇ ਕਲਾਸ ਟੀਚਰ ਦਾ ਨਾਂ ਕੀ ਹੈ? ਪ੍ਰਭਜੋਤ ਮੈਮ। ਪ੍ਰਭਜੋਤ ਮੈਮ, ਇਹ ਮਾਰਦੇ ਹੁੰਦੇ ਕਿ ਨਹੀਂ? ਅੱਛਾ, ਇਹ ਇਹ ਪ੍ਰਿੰਸੀਪਲ ਲਫ਼ਜ਼ ਸੁਣਿਆ? ਪ੍ਰਿੰਸੀਪਲ ਕੀ ਹੁੰਦਾ? ਕੀ ਹੁੰਦਾ ਤੁਹਾਡੇ ਸਕੂਲ 'ਚ, ਹੈ ਕੋਈ ਪ੍ਰਿੰਸੀਪਲ? ਕੌਣ ਹੈ? ਚਲੋ ਸ਼ਾਬਾਸ਼, ਤਾੜੀਆਂ ਮਾਰੋ ਇਹਦੇ ਬੱਚੇ ਨੇ, ਬਹੁਤ ਬਹੁਤ। ਚਲੋ ਸ਼ਾਬਾਸ਼, ਦੂਸਰਾ ਬੱਚਾ ਆਵੇ, ਆਓ ਵੀ ਆਓ। ਸ਼ਾਬਾਸ਼, ਇਹ ਤਾਂ ਗੋਲ ਮਟੋਲ ਲੜਕੀ ਆ। ਓ ਵੈਰੀ ਗੁੱਡ। ਉਹ ਆ ਕੀ ਆ ਬੱਚੇ? ਕਰੇਲੇ। ਕਰੇਲੇ ਤੁਹਾਡੀ? ਇਹ ਦੋ ਕਰੇਲੇ, ਇਹ ਕਰੇਲੇ ਤਾਂ ਖਾਈ ਦੇ ਹੁੰਦੇ, ਬੰਨ ਕਿੱਥੋਂ ਲਏ ਤੂੰ? ਕੁੱਤੇ ਨੇ ਬਣਾਏ ਦੇ। ਕਿਹਨੇ? ਕੁੱਤੇ ਨਾਲ ਬਣਾਏ। ਕੁੱਤੇ ਨਾਲ। ਵੈਰੀ ਗੁੱਡ। ਅੱਛਾ, ਇੱਕ ਕਰੇਲਿਆਂ ਦੀ ਸਬਜ਼ੀ ਵੀ ਹੁੰਦੀ ਆ? ਹਾਂਜੀ। ਉਹ ਖਾਂਦੀ ਹੁੰਦੀ? ਮੈਂ ਨਹੀਂ ਖਾਂਦੀ। ਕਿਉਂ, ਤੂੰ ਕਿਉਂ ਨਹੀਂ ਖਾਂਦੀ? ਤੈਨੂੰ ਸਬਜ਼ੀ ਕਿਹੜੀ ਕਿਹੜੀ ਅੱਛੀ ਲੱਗਦੀ ਆ? ਰਾਜਮਾ ਚੌਲ, ਗੋਭੀ ਆਲੂ, ਭਿੰਡੀਆਂ। ਭਿੰਡੀਆਂ ਬਸ? ਵੈਰੀ ਗੁੱਡ। ਆਹ ਵਾਲਾ ਕਰੇਲਾ ਨੀ ਕਦੀ ਵਿੱਚ ਬਣਾ ਕੇ ਖਾਧਾ? ਇਹ ਨੀ ਖਾਧਾ। ਅੱਛਾ, ਵੈਰੀ ਗੁੱਡ। ਤੇਰੇ ਘਰ 'ਚ ਕੌਣ ਕੌਣ ਬੱਚੇ? ਮੇਰੇ ਮੰਮਾ, ਮੇਰੇ ਪਾਪਾ, ਮੇਰੇ ਭਰਾ, ਮੇਰੀ ਵੱਡੀ ਮਾਂ, ਮੇਰੇ ਵੱਡੇ ਪਾਪਾ, ਮੇਰੀ ਘੋਰ ਭਰਾ, ਮੇਰੀ ਦੀਦੀ, ਮੇਰੀ ਦਾਦੀ ਮਾਂ ਤੇ ਮੇਰੇ ਡੈਡੀ। ਓਹੋ, ਤਾੜੀਆਂ ਮਾਰੋ। ਅੱਛਾ, ਤੈਨੂੰ ਪਿਆਰ ਕੌਣ ਕਰਦੇ ਸਭ ਤੋਂ ਜ਼ਿਆਦਾ? ਸਾਰੇ ਕਰਦੇ ਆ। ਨਾ, ਇੱਕ ਦਾ ਨਾਂ ਲੈਣਾ ਫਿਰ? ਦਾਦੀ ਮਾਂ। ਦਾਦੀ ਮਾਂ, ਓ ਵੈਰੀ। ਤਾੜੀਆਂ ਦਾਦੀ ਲੈ ਗਈ। ਤੇ ਡਾਂਟਦੇ ਕੌਣ ਹੈ ਤੈਨੂੰ? ਡੈਡੀ। ਡੈਡੀ, ਵੈਰੀ ਬੈਡ। ਡੈਡੀ ਜੇ ਤੇਰੇ ਡਾਂਟਦੇ ਹੈਗੇ, ਇੰਨਾ ਪਿਆਰਾ ਬੱਚਾ ਤੂੰ ਹੈ, ਮੰਮਾ ਨਹੀਂ ਡਾਂਟਦੇ ਤੈਨੂੰ? ਅੱਛਾ, ਤੈਨੂੰ ਦੱਸ, ਇਹ ਮਾਮਾ ਜੀ ਕੀ ਕੌਣ ਹੁੰਦੇ? ਮਾਮਾ ਜੀ ਹੈ ਤੁਹਾਡੇ ਘਰ 'ਚ ਕੋਈ, ਜਾਂ ਤੇਰੇ ਰਿਸ਼ਤੇਦਾਰ ਕੌਣ ਹੁੰਦੇ? ਮਾਮਾ ਜੀ ਕੌਣ ਹੁੰਦੇ? ਜਿਹੜੇ ਸਾਡੀ ਦਾਦੀ ਮਾਂ ਦੇ ਭਰਾ ਹੁੰਦੇ ਆ। ਦਾਦੀ ਮਾਂ ਦੇ ਭਰਾ? ਅੱਛਾ ਅੱਛਾ ਅੱਛਾ, ਦਾਦੀ ਮਾਂ ਦੇ ਭਰਾ ਜਿਹੜੇ, ਉਹਨਾਂ ਨੂੰ ਮਾਮਾ ਜੀ ਕਹਿੰਦੇ। ਸ਼ਾਬਾਸ਼ ਸ਼ਾਬਾਸ਼, ਤਾੜੀਆਂ ਮਾਰੋ ਇਹਦੇ ਬੱਚੇ ਲਈ। ਆਓ ਜੀ ਆਓ, ਆਓ ਜੀ, ਸ਼ਾਬਾਸ਼। ਇਹ ਤਾਂ ਬੜਾ ਸ਼ਰਾਰਤੀ ਬੱਚਾ ਲੱਗਦਾ ਮੈਨੂੰ। ਤੇਰਾ ਕੀ ਨਾਂ ਬੱਚੇ? ਨਾਂ ਕੀ ਹੈ? ਰਵਿੰਦਰ। ਉੱਚੀ ਬੋਲ। ਰਵਿੰਦਰ। ਰਵਿੰਦਰ, ਅੱਛਾ, ਤੁਹਾਡੇ ਘਰ 'ਚ ਕੌਣ ਕੌਣ ਰਹਿੰਦੇ ਬੱਚੇ? ਮੇਰੇ ਮੰਮਾ, ਮੇਰੇ ਪਾਪਾ, ਮੇਰਾ ਭਰਾ ਤੇ ਮੈਂ। ਅੱਛਾ, ਸ਼ਰਾਰਤੀ ਕੌਣ ਹੈ ਤੂੰ ਲੱਗਦਾ ਮੈਨੂੰ? ਹਾਂ, ਦੰਦ ਕੱਢ ਕੇ ਦਿਖਾ, ਹੱਸ ਕੇ ਦਿਖਾ ਜਰਾ, ਥੋੜਾ ਜਿਹਾ ਪੂਰਾ ਹੱਸ ਕੇ, ਖੁੱਲ ਕੇ ਹੱਸ। ਉਹਦਾ ਗਾਣਾ ਆਉਂਦਾ ਕੋਈ? ਕੋਈ ਪੋਇਮ ਆਉਂਦੀ? ਅੱਛਾ ਅੱਛਾ ਅੱਛਾ, ਹੁਣ ਮੈਨੂੰ ਦੱਸ ਤੁਹਾਡੇ ਟੀਚਰ ਦਾ ਨਾਂ ਕੀ ਬੱਚੇ? ਪ੍ਰਭਜੋਤ ਅਰੋੜਾ ਮੈਮ। ਉਹ ਅੱਛਾ ਅੱਛਾ, ਇਹ ਪ੍ਰਭਜੋਤ ਮੈਡਮ ਤਾਂ ਬੜੇ ਪਾਪੂਲਰ ਲੱਗਦੇ ਆ ਮੈਨੂੰ, ਹੈ ਇਹਨਾਂ ਬੱਚਿਆਂ ਦਾ ਨਾਂ। ਅੱਛਾ ਬੱਚੇ, ਚੀਫ ਮਿਨਿਸਟਰ ਸੁਣਿਆ? ਚੀਫ ਮਿਨਿਸਟਰ ਕੀ ਹੁੰਦਾ? ਨਹੀਂ ਸੁਣਿਆ? ਅੱਛਾ, ਇਹ ਰੇਲਵੇ ਸਟੇਸ਼ਨ ਕੀ ਹੁੰਦਾ ਬੱਚੇ? ਜਿਹਦੇ ਉੱਪਰ ਗੱਡੀ ਆਉਂਦੀ। ਜਿਹਦੇ ਤੇ ਗੱਡੀ ਆਉਂਦੀ, ਕਦੀ ਗੱਡੀ 'ਚ ਸੈਰ ਕੀਤੀ ਆ? ਬੱਸ ਸਟੈਂਡ ਕੀ ਹੁੰਦਾ ਬੱਚੇ? ਅੱਛਾ, ਡਰਾਈਵਰ ਕੀ ਹੁੰਦਾ? ਡਰਾਈਵਰ ਜਿਹੜਾ ਬੱਸ ਚਲਾਉਂਦਾ। ਤੂੰ ਬੱਸ ਵਿੱਚ ਆਉਂਦਾ ਹੁੰਦਾ? ਅੱਛਾ, ਕਿੱਦਾਂ ਆਉਂਦਾ ਹੁੰਦਾ? ਵੈਨ 'ਚ। ਅੱਛਾ, ਵੈਰੀ ਗੁੱਡ। ਇਹ ਪਾਇਲਟ ਸੁਣਿਆ? ਪਾਇਲਟ ਕੀ ਹੁੰਦਾ? ਪਾਇਲਟ
ਉਹ ਵੈਰੀ ਗੁੱਡ ਜਿਹੜਾ ਜਾ ਤਾੜੀਆਂ ਮਾਰੇ ਇੰਟੈਲੀਜੈਂਟ ਬੱਚਾ ਜਿਹੜਾ ਜਾ ਤੋ ਆ ਬਈ ਬੱਚੇ ਤੇਰਾ ਕੀ ਨਾਮ ਹੈ ਸਮਰਜੀਤ ਸਿੰਘ ਅੱਛਾ ਕਿੱਥੇ ਰਹਿੰਦੇ ਹੋ ਬੱਚੇ ਅਲਫਾ ਮੰਡੇ ਅੱਗੇ ਰਹਿੰਦੇ ਆ ਤੇ ਘਰ ਦੇ ਕੌਣ ਕੌਣ ਤੇਰੇ ਦੇ ਮੇਰੇ ਵੀਰੇ ਮੇਰੀ ਮੰਮਾ ਮੇਰੇ ਪਾਪਾ ਤੇ ਮੈਂ ਅੱਛਾ ਸ਼ਰਾਰਤੀ ਕੌਣ ਹੈ ਸਭ ਤੋਂ ਜ਼ਿਆਦਾ ਦੱਸ ਮੈਂ ਅੱਛਾ ਕੀ ਸ਼ਰਾਰਤ ਕਰਦਾ ਹੁੰਦਾ ਤੈਨੂੰ ਕੁੱਟ ਵੀ ਪੈਂਦੀ ਕਲਾਸ ਚ ਹਾਂਜੀ ਕੌਣ ਕੁੱਟਦਾ ਹੁੰਦਾ ਮੈਡਮ ਦੇ ਨੰਬਰ ਨੈਗੇਟਿਵ ਹੋ ਗਏ ਹੈਗੇ ਹੈ ਤੂੰ ਇੰਨਾ ਪਿਆਰਾ ਬੱਚਾ ਸ਼ਰਾਰਤ ਕਿਹੜੀ ਕਰਦਾ ਹੁੰਦਾ ਕਰ ਲੈਂਦਾ ਅੱਛਾ ਕੋਈ ਗਾਣਾ ਆਉਂਦਾ ਪੋਇਮ ਆਉਂਦੀ ਸੁਣਾ ਦੇ ਸੁਣਾ ਦੇ ਸ਼ਾਬਾਸ਼ ਕਿਤਲਿਕ ਵੀਰਲੀ ਪੱਗ ਮੇਰੇ ਵੀਰਲੀ ਦੁਪੱਟਾ ਪਰ ਜਾਈਦਾ ਸਿਰ ਚ ਸਜਾਈਦਾ ਵੀਰ ਮੇਰਾ ਸੋਹਣਾ ਸੋਹਣਾ ਮਨਮੋਹਣਾ ਰੱਖ ਰੀਡੀ ਰੱਖੋ ਦੁਨੀਆਂ ਰੋ ਆਖੋ ਮਾਰਾ ਪਿਆਰਾ ਹੋ ਨੂੰ ਪਿਆਰਾ ਹੋ ਸਾਰਿਆਂ ਦੀ ਸਾਨ ਹੋ ਸਾਰਿਆਂ ਦੀ ਮਾਨ ਹੋ ਕਿਤਲਿਕ ਵੀਰਲੀ ਪੱਗ ਮੇਰੇ ਵੀਰਲੀ ਦੁਪੱਟਾ ਪਰ ਜਾਈਦਾ ਸਿਰ ਚ ਸਜਾਈਦਾ ਇਹ ਕੁੜੀਆਂ ਵਾਲਾ ਗਾਣਾ ਪਰ ਫਿਰ ਵੀ ਤੈਨੂੰ ਤਾਂ ਪਾਸ ਆ ਤੂੰ ਤੈਨੂੰ ਨੰਬਰ ਦੇ ਤੇ ਆਓ ਬਈ ਆਓ ਅਗਲਾ ਬੱਚਾ ਆਵੇ ਉਹ ਬੱਲੇ ਬੱਚੇ ਤੇਰਾ ਕੀ ਨਾਮ ਆ ਅੱਛਾ ਤੁਹਾਡੇ ਘਰ 'ਚ ਕੌਣ ਕੌਣ ਰਹਿੰਦਾ ਬੱਚੇ ਮੰਮਾ ਮੈਂ ਪਾਪਾ ਵੀਰਾ ਦੀਦੀ ਦਾਦੂ ਮੰਮਾ ਦਾਦੀ ਓ ਵੈਰੀ ਗੁੱਡ ਅੱਛਾ ਸ਼ਰਾਰਤੀ ਕੌਣ ਹੈ ਸਭ ਤੋਂ ਜ਼ਿਆਦਾ ਹੈ ਮੇਰਾ ਵੱਡਾ ਭਰਾ ਉਹ ਕਿਹੜੀ ਕਲਾਸ 'ਚ ਪੜ੍ਹਦਾ 7th 7th 'ਚ ਏਡਾ ਵੱਡਾ ਹੋ ਕੇ ਵੀ ਸ਼ਰਾਰਤੀ ਆ ਤੈਨੂੰ ਮਾਰਦਾ ਵੀ ਆ ਕਿਉਂ ਕਿਉਂਕਿ ਉਹ ਮੈਨੂੰ ਮਾਰਦਾ ਮੈਂ ਉਹਨੂੰ ਪਹਿਲੇ ਮਾਰਦੀ ਹੈ ਪਹਿਲਾਂ ਤੂੰ ਮਾਰਦੀ ਆ ਉਹਦੇ ਕਹਿੰਦੀ ਪਹਿਲਾਂ ਮੈਂ ਮਾਰਦੀ ਆ ਤੇ ਉਹ ਫਿਰ ਮਾਰਦਾ ਤੂੰ ਕਿਉਂ ਪਹਿਲਾਂ ਮਾਰਦੀ ਉਹਦੇ ਕਿਉਂਕਿ ਉਹ ਡਾਂਟਦੇ ਹੈ ਅੱਛਾ ਡਾਂਟਦਾ ਹੈਗਾ ਅੱਛਾ ਹੋਰ ਵੀ ਡਾਂਟਦਾ ਕੋਈ ਤੁਹਾਨੂੰ ਤੁਹਾਡੇ ਘਰ 'ਚ ਅੱਛਾ ਕੋਈ ਗਾਣਾ ਕੋਈ ਕਵਿਤਾ ਪੋਇਮ ਵਗੈਰਾ ਆਉਂਦੀ ਕੋਈ ਨਹੀਂ ਚਲੋ ਸ਼ਾਬਾਸ਼ ਤਾੜੀਆਂ ਮਾਰੋ ਇਹਦੇ ਲਈ ਇਹ ਬੱਚਾ ਮੈਨੂੰ ਬਹੁਤ ਗੁੱਡ ਲੱਗਦਾ ਬੱਚੇ ਤੇਰਾ ਨਾਂ ਕੀ ਆ ਹਰਤੇਜ ਸਿੰਘ ਅੱਛਾ ਵੈਰੀ ਗੁੱਡ ਕਿਹੜੀ ਕਲਾਸ 'ਚ ਪੜ੍ਹਦੇ ਹੋ ਸੈਕਿੰਡ ਏ ਸੈਕਿੰਡ ਏ ਅੱਛਾ ਤੁਹਾਡੇ ਟੀਚਰ ਦਾ ਨਾਂ ਕੀ ਆ ਮਿਸਿਸ ਅਨੂ ਮੈਮ ਅਨੂ ਮੈਮ ਇਹ ਮਾਰਦੇ ਵੀ ਕਿ ਪਿਆਰ ਕਰਦੇ ਪਿਆਰ ਕਰਦੇ ਝੂਠ ਤੇ ਨਹੀਂ ਬੋਲਦਾ ਨੋ ਅੱਛਾ ਤੁਹਾਡੇ ਘਰ 'ਚ ਕੌਣ ਕੌਣ ਰਹਿੰਦਾ ਮੰਮੀ ਪਾਪਾ ਤੇ ਮੈਂ ਸਿਰਫ ਤੂੰ ਸ਼ਰਾਰਤਾ ਫਿਰ ਕਿਹਦੇ ਨਾਲ ਕਰਦਾ ਹੁੰਦਾ ਕਿਸੇ ਦਾ ਨਾਲ ਵੀ ਨਹੀਂ ਕਿਸੇ ਨਾਲ ਵੀ ਨਹੀਂ ਵੈਰੀ ਗੁੱਡ ਤੇ ਤੈਨੂੰ ਪਿਆਰ ਕੌਣ ਕਰਦਾ ਸਭ ਤੋਂ ਜ਼ਿਆਦਾ ਪਾਪਾ ਮੰਮਾ ਨਹੀਂ ਕਰਦੇ ਥੋੜਾ 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 ਡਾਂਟਦੇ ਕੌਣ ਹੈ ਮੰਮੀ ਚਲੋ ਵਧੀਆ ਹੁਣ ਤੂੰ ਕੋਈ ਗਾਣਾ ਸੁਣਾ ਦੇ ਕੋਈ ਪੋਇਮ ਸੁਣਾ ਦੇ ਨਹੀਂ ਆਉਂਦੀ ਕੁਛ ਨਹੀਂ ਆਉਂਦਾ ਵੈਰੀ ਗੁੱਡ ਕਲਾਸ 'ਚ ਨੰਬਰ ਕਿੰਨੇ ਆਉਂਦੇ ਤੇਰੇ ਫੁੱਲ ਫੁੱਲ ਅੱਛਾ ਇਹ ਇਹ ਫੁੱਫੜ ਜੀ ਕੌਣ ਹੁੰਦੇ ਪਤਾ ਫੁੱਫੜ ਜੀ ਨਾਂ ਸੁਣਿਆ ਭੂ ਜੀ ਕੌਣ ਹੁੰਦੇ ਆ ਭੂ ਜੀ ਹੈ ਪਾਪਾ ਦੀ ਭੈਣ ਅੱਛਾ ਇਹ ਤਾਂ ਤੂੰ ਸੁਣ ਕੇ ਦੇ ਅੱਛਾ ਮਾਮਾ ਜੀ ਕੌਣ ਹੁੰਦੇ ਮਾਮਾ ਜੀ ਮਾਮਾ ਜੀ ਹੈ ਤੁਹਾਡੇ ਨਹੀਂ ਚਲੋ ਤਾੜੀਆਂ ਮਾਰੋ ਇਸ ਬੱਚੇ ਨੂੰ ਆ ਵੀ ਬੱਚੇ ਤੇਰਾ ਕੀ ਨਾਮ ਬੱਚੇ ਜਸਲੀਨ ਕੌਰ ਸ਼ਾਬਾਸ਼ ਕਿਹੜੀ ਕਲਾਸ 'ਚ ਪੜ੍ਹਦੇ ਹੋ ਬੱਚੇ ਸੈਕਿੰਡ ਹੈ ਸੈਕਿੰਡ ਤੇ ਅੱਛਾ ਤੁਹਾਡੇ ਟੀਚਰ ਕੌਣ ਹੈ ਅਨੁਦੀਪ ਕੌਰ ਅੱਛਾ ਤੇ ਮਾਰਦੇ ਹੁੰਦੇ ਕਿ ਨਹੀਂ ਨਹੀਂ ਤੂੰ ਸ਼ਰਾਰਤਾਂ ਕਰਦੀ ਕਿ ਨਹੀਂ ਮੈਨੂੰ ਲੱਗਦੀ ਥੋੜ੍ਹੀ ਥੋੜ੍ਹੀ ਸ਼ਰਾਰਤੀ ਹੈ ਕਿਹੜੀ ਕਿਹੜੀ ਸ਼ਰਾਰਤ ਕਰਦੀ ਹੁੰਦੀ ਸਾਰੀਆਂ ਵੈਰੀ ਗੁੱਡ ਅੱਛਾ ਤੁਸੀਂ ਕੋਈ ਪੋਇਮ ਸੁਣਾਓ ਬੱਚੇ ਆਉਂਦੀ ਹੈ ਕਿਉਂ ਮੈਨੂੰ ਸ਼ਰਾਰਤੀ ਲੱਗਦਾ ਬੱਚਾ ਹੈ ਇਹ ਕੋਨੂੰ ਮੋਨੂੰ ਆ ਹੈ ਨਾਂ ਕੀ ਤੇਰਾ ਅੱਛਾ ਬੱਚੇ ਤੁਹਾਡੇ ਘਰ ਚ ਕੌਣ ਕੌਣ ਹੈ ਮੈਂ ਮੇਰੇ ਪਾਪਾ ਮੰਮਾ ਦਾਦੂ ਦਾਦੀ ਮੰਮਾ ਤੇ ਮੇਰਾ ਭਰਾ ਸ਼ਰਾਰਤੀ ਕੌਣ ਤੂੰ ਆ ਦੋਨੋਂ ਹੀ ਜ਼ਿਆਦਾ ਸ਼ਰਾਰਤੀ ਕੌਣ ਹੈ
ਕਿੱਦਾਂ ਦੀ ਸ਼ਰਾਰਤ ਕਰਦਾ ਹੁਣ? ਸਾਰੀਆਂ ਕਲਾਸ 'ਚ ਵੀ ਕਰਦਾ ਹੁਣ? ਘਰ ਕਲਾਸ 'ਚ ਵੀ ਕਰਦਾ? ਅੱਛਾ, ਕਲਾਸ ਟੀਚਰ ਦਾ ਨਾਂ ਕੀ? ਮਿਸਿਸ ਅਨੂ ਹੈ। ਇਹ ਮਾਰਦੇ ਹੁੰਦੇ ਕਿ ਨਹੀਂ? ਠੀਕ ਆ, ਕੰਨ ਪੁੱਟਦੇ ਹੁੰਦੇ ਇਸ ਤਰ੍ਹਾਂ? ਇੱਕ ਇੱਕ ਦੋ ਹੀ ਦੋਨੇ? ਅੱਛਾ ਚਲੋ, ਹੁਣ ਤੁਸੀਂ ਦੱਸੋ ਇਹ ਜਿਹੜੇ ਫੁੱਫੜ ਜੀ ਕੌਣ ਹੁੰਦੇ? ਜਿਹੜੇ ਪਾਪਾ ਦੇ ਭਰਾ ਹੁੰਦੇ। ਪਾਪਾ ਦੇ ਭਰਾ ਹੁੰਦੇ, ਉਹ ਫੁੱਫੜ ਜੀ ਹੁੰਦੇ। ਇਹ ਫਿਰ ਚਾਚਾ ਜੀ ਕੌਣ ਹੋਏ? ਚਾਚਾ ਜੀ। ਤਾਈ ਜੀ ਹੈ ਤੇਰੇ ਕੋਈ? ਤਾਈ ਜੀ, ਹਾਂ ਕੌਣ ਹੁੰਦੇ ਤਾਈ ਜੀ? ਅੱਛਾ ਚਲੋ, ਸ਼ਾਬਾਸ਼, ਤਾੜੀਆਂ ਮਾਰੋ ਜੀ। ਸੋ ਜਿਵੇਂ ਦਰਸ਼ਕੋ ਤੁਸੀਂ ਦੇਖਿਆ, ਇਹ ਬੱਚੇ ਮੰਨ ਕੇ ਸੱਚੇ ਬਹੁਤ ਇਨੋਸੈਂਟ ਬੱਚੇ ਹੈਗੇ। ਅਸੀਂ ਇਸ ਵਕਤ ਉੱਥੇ ਸਕੂਲ ਵਿੱਚ ਆਏ, ਪ੍ਰਿੰਸੀਪਲ ਮੈਡਮ, ਮੈਡਮ ਇੱਕ ਮੇਰੇ ਕੋਲ ਆ ਜਾਓ ਤੁਸੀਂ। ਇਹ ਬੱਚਿਆਂ ਦੀ ਪਰਸਨੈਲਿਟੀ ਡਿਵੈਲਪਮੈਂਟ ਲਈ ਤੁਸੀਂ ਕਿੱਦਾਂ ਦੇ ਕਦਮ ਪੁੱਟਦੇ ਹੋ? ਜੀ, ਬੱਚਿਆਂ ਨੂੰ ਅਸੀਂ ਸਟੇਜ 'ਤੇ ਬੋਲਣ ਦੇ ਵਾਸਤੇ ਮੋਟੀਵੇਟ ਕਰੀਦਾ, ਇਹਨਾਂ ਨੂੰ ਟ੍ਰੇਨ ਕਰੀਦਾ। ਹਾਂਜੀ ਹਾਂਜੀ, ਛੋਟੇ ਛੋਟੇ ਟੌਪਿਕਸ ਦੇ ਕੇ, ਜਦੋਂ ਕੋਈ ਛੋਟਾ ਜਿਹਾ ਵੀ ਫੰਕਸ਼ਨ ਹੁੰਦਾ, ਬੱਚਿਆਂ ਦੀ ਗੈਟ ਟੂਗੈਦਰ ਹੁੰਦੀ ਹੈ, ਉਹਦੇ ਵਿੱਚ ਬੱਚੇ ਹੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬੱਚੇ ਸਟੇਜ ਹੋਲਡ ਕਰਨ ਅਤੇ ਉਹੀ ਪਰਫੋਰਮ ਸਾਰਾ ਕਰਨ, ਸਾਰਾ ਸਟੇਜ ਉਹੀ ਹੋਲਡ ਕਰਦੇ ਆ, ਉਹਦੇ ਨਾਲ ਬੱਚਿਆਂ ਦਾ ਥੋੜ੍ਹਾ ਕੌਨਫੀਡੈਂਸ ਬਣਦਾ। ਚਲੋ ਬਹੁਤ ਅੱਛੀ ਗੱਲ ਹੈ। ਦਰਸ਼ਕੋ ਜਿਵੇਂ ਤੁਸੀਂ ਦੇਖਿਆ, ਐਟ ਰੈਂਡਮ ਅਸੀਂ ਐਪੀਸੋਡ ਕੀਤਾ ਹੈਗਾ ਰਿਕਾਰਡ, ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਤਾੜੀਆਂ ਮਾਰੋ ਇੱਕ ਵਾਰੀ ਫਿਰ ਜ਼ਰੂਰ ਬੱਚਿਆਂ ਨੂੰ।